सीआईए स्टाफ जैतो पुलिस वालों गुप्त इतला ते नाकाबंदी दौरान एक कार नू रोक के तलाशी ले गई तो उस अंदर बैठे दो व्यक्तियों कोलों 100 ग्राम हिरन बरामद की गई। जानकारी दिंदिया डीएसपी बलकार सिंह ने दस्या कि माड़े अंसरां खिलाफ विड्डी मुहिम तहत नशा वेचण वालियां खिलाफ सख्त रुख अपनाया जा रहा है, जिसके चलदियां यह कार्रवाई की गई है। पुलिस का कहना है कि दोषियों तो पूछगिछ की जाएगी कि वह यह नशा कित्थों लैके आउंदे सन। ਮਾਨਯੋਗ ਡੀ ਜੀ ਪੀ ਸਾਹਿਬ ਦੇ ਆਦੇਸ਼ ਅਨੁਸਾਰ ਐਸ ਐਸ ਪੀ ਫਰੀਦਕੋਟ ਸਰਦਾਰ ਸਵਰਨਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਹੈ ਸਾਡੀ ਸੀ ਆਈ ਏ ਸਟਾਫ ਜੈਤੋ ਦੀ ਟੀਮ, ਜਿਹਦੀ ਅਗਵਾਈ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ ਏ ਸਟਾਫ ਜੈਤੋ ਕਰ ਰਹੇ ਸੀ, ਉਹਨੇ ਸਮੇਤ ਪੁਲਿਸ ਪਾਰਟੀ ਬਹਾਦਰ ਅਕਬਾ ਕੁਹਾਰ ਵਾਲਾ ਦੋ ਲੜਕਿਆਂ ਜਿਨ੍ਹਾਂ ਦਾ ਨਾਮ ਗੁਰਪ੍ਰੀਤ ਸਿੰਘ ਵਾਸੀ ਕੋਟਲੀ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਵਾਸੀ ਚੜੇਵਾਲ ਜ਼ਿਲ੍ਹਾ ਮੁਕਤਸਰ, ਇਹਨਾਂ ਪਾਸੋਂ ਇੱਕ ਅਪਟਰਾ ਗੱਡੀ ਵਿੱਚੋਂ 100 ਗ੍ਰਾਮ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ। ਬਰਾਮਦ ਕਰਕੇ ਮੁਕੱਦਮਾ ਨੰਬਰ 47 ਮਿਤੀ 1/4/2021 ਅਧੀਨ ਧਾਰਾ 21-65 ਐਮ ਡੀ ਪੀ ਐਸ ਐਕਟ ਥਾਣਾ ਸਦਰ ਕੋਟਪੂਰਾ ਦਰਜ ਰਜਿਸਟਰ ਕਰਾਇਆ ਔਰ ਦੋਸ਼ੀਆਂ ਨੂੰ ਜਿਹੜਾ ਬੰਦ ਹਵਾਲਾ ਥਾਣਾ ਕਰਾਇਆ। ਦੋਸ਼ੀਆਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ, ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਹਾਸਲ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਊਗੀ ਔਰ ਇਹਦੇ ਵਿੱਚ ਇਹਦੇ ਬੈਕਵਰਡ ਅਤੇ ਫਾਰਵਰਡ ਲਿੰਕ ਜਿਹੜੇ ਆ ਉਹ ਵੀ ਜਿਹੜੇ ਡਿਵੈਲਪ ਕੀਤੇ ਜਾਣ। ਸਰ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਕੋਈ ਮਾਮਲਾ ਪੁੱਛ? ਇਹ ਹਾਲੀ ਤਫਤੀਸ਼ ਦਾ ਵਿਸ਼ਾ ਹੈ ਕਿਉਂਕਿ ਇਹ ਬਾਹਰਲੇ ਜ਼ਿਲ੍ਹੇ ਦੇ ਆ, ਉੱਥੋਂ ਰਿਕਾਰਡ ਮੰਗਾਇਆ ਜਾ ਰਿਹਾ। ਅਤੇ ਜੀ ਅੰਦਾਜ਼ਨ ਕੀਮਤ ਕਿੰਨੀ ਕੁ ਹੋਵੇਗੀ ਜਿਹੜੀ ਬਰਾਮਦ ਹੋਈ? ਇਹਦੀ ਕਰੀਬ 4 ਲੱਖ ਜਿਹੜੀ ਹੈ ਉਹ ਕੀਮਤ ਹੈ। ਡਿਪਟੀ ਸਾਹਿਬ, ਅਕਸਰ ਇਹੋ ਜਿਹਾ ਕੋਈ ਨਸ਼ੇੜੀ ਫੜਿਆ ਜਾਂਦਾ ਜਾਂ ਨਸ਼ਾ ਤਸਕਰ, ਉਹਦੇ ਪਿਛਲੇ ਜਾਗਲੇ ਨਹੀਂ ਫਰੋਲੇ ਜਾਂਦੇ? ਇਹ ਬਿਲਕੁਲ ਡੀ ਜੀ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਹੈ ਬੈਕਵਰਡ ਔਰ ਫਾਰਵਰਡ ਲਿੰਕ ਜਿਹੜੇ ਆ ਉਹ ਡਿਵੈਲਪ ਕੀਤੇ ਜਾਂਦੇ ਨੇ। ਇਹਦੀ ਸਾਡੇ ਕੋਲ ਰਿਪੋਰਟ ਵੀ ਜਿਹੜੀ ਹੈ ਮਾਣਯੋਗ ਸੀਨੀਅਰ ਅਫਸਰਾਂ ਨੂੰ ਜਿਹੜੀ ਉਹ ਜਾ ਰਹੀ ਹੈ ਕਿ ਇਹ ਨਸ਼ਾ ਜਿਹੜਾ ਕਿੱਥੋਂ ਆ ਰਿਹਾ, ਕਿੱਥੇ ਗਾਂ ਸਪਲਾਈ ਕੀਤਾ ਸੀ, ਉਹ ਇੱਕ ਚੇਨ ਹੈ, ਉਹ ਚੇਨ ਨੂੰ ਅਸੀਂ ਹਮੇਸ਼ਾ ਅੱਗੇ ਵੀ ਤੋੜਨ ਦੀ ਕੋਸ਼ਿਸ਼ ਕਰਦੇ ਹਾਂ, ਹੁਣ ਵੀ ਤੋੜੀ ਜਾਊਗੀ। ਫਰੀਦਕੋਟ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ।